ਸਮਝ ਆ ਰਿਹਾ ਲੋਕਾਂ ਨੂੰ ਤਾਂ ਐਵੇਂ ਲੱਗਦਾ ਕਿ ਇਹ ਪਾਣੀ ਦਾ ਛਿੜਕਾਅ ਹੋ ਰਿਹਾ, ਕੀ ਇਹ ਪਾਣੀ ਦਾ ਛਿੜਕਾਅ ਹੈ? ਅਤੇ ਆਪਣੇ ਆਪ ਨੂੰ ਸਿਰਫ ਆਈਸੋਲੇਟ ਕਰ ਲੈਣਾ, ਆਪਣੇ ਦੁਨੀਆ ਤੋਂ ਅਲੱਗ ਤਲਾਗ ਕਰ ਲੈਣਾ, ਇਹਦਾ ਇੱਕ ਹੱਲ ਹੈ ਜੀ। ਉਹਨੂੰ ਅਸੀਂ 1% ਕਰਕੇ ਪਾਣੀ ਉਹਦੇ ਵਿੱਚ ਮਿਲਾ ਕੇ, ਕਿਉਂਕਿ ਪਾਣੀ ਦਾ ਉਹਦੇ 'ਚ ਮਿਕਸ ਕਰਨਾ ਜ਼ਰੂਰੀ ਹੈ, ਅਤੇ ਉਹਦੇ ਨਾਲ ਹੋ ਰਿਹਾ ਜੀ ਇਹ ਸਾਰਾ। ਔਰ ਦਰਵਾਜ਼ੇ ਨੇ, ਔਰ ਮਤਲਬ 5-6 ਫੁੱਟ ਤੱਕ ਦਾ ਏਰੀਆ ਜਿਹੜਾ ਮਤਲਬ ਕਿ ਟੱਚ ਦੇ ਵਿੱਚ ਆ ਸਕਦਾ, ਉਹਨੂੰ ਅਸੀਂ ਸਾਰੇ ਨੂੰ ਹਾਈਪੋਕਲੋਰਾਈਟ ਦੇ ਨਾਲ ਅਸੀਂ ਸੈਨੀਟਾਈਜ਼ ਕਰਨ ਦੀ ਕੋਸ਼ਿਸ਼, ਕਿਉਂਕਿ ਬਾਹਰੀ ਕਿਸੇ ਸ਼ਕਤੀ ਨੇ ਆਪਾਂ ਨੂੰ ਬਚਾਉਣਾ ਨਹੀਂ, ਇਹ ਪਹਿਲੀ ਦੁਨੀਆ ਦੀ ਐਸੀ ਲੜਾਈ ਹੈ ਜਿਹੜੀ ਆਪਾਂ ਘਰ ਬਹਿ ਕੇ ਲੜਨੀ ਹੈ। ਸੋ ਤੁਸੀਂ ਇੱਕ ਬਹੁਤ ਇੰਪੋਰਟੈਂਟ ਔਰ ਬਹੁਤ ਟੈਕਨੀਕਲ ਪੁਆਇੰਟ ਦੱਸਿਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਕਾਸੀ ਫਾਰੂਕੀ। ਇੰਨੇ ਦਿਨੀ ਪੰਜਾਬ ਦੇ ਵਿੱਚ ਜਿਹੜਾ ਕਰਫਿਊ ਲੱਗਿਆ ਹੋਇਆ, ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਲਗਾਤਾਰ ਵੱਧ ਰਹੇ ਨੇ, ਅਜਿਹੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਜੋ ਵਿਧੀ, ਜੋ ਫਾਰਮੂਲਾ ਚੀਨ ਨੇ ਘਰਾਂ ਨੂੰ, ਦੁਕਾਨਾਂ ਨੂੰ, ਲੋਕਾਂ ਦੇ ਆਸ ਪਾਸ ਦੇ ਇਲਾਕੇ ਨੂੰ ਸੈਨੀਟਾਈਜ਼ ਕਰਨ ਦਾ ਅਪਣਾਇਆ ਗਿਆ ਸੀ, ਉਹੀ ਫਾਰਮੂਲਾ ਅੱਜ ਜਿਹੜਾ ਨਗਰ ਕੌਂਸਲ ਮਲੇਰਕੋਟਲਾ ਵੱਲੋਂ ਅਪਣਾਇਆ ਜਾ ਰਿਹਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਮਲੇਰਕੋਟਲਾ ਦੇ ਜਿਹੜੇ ਮੁਲਾਜ਼ਮ ਨੇ ਆਪਣੀਆਂ ਜਾਨਾਂ ਨੂੰ ਜ਼ੋਖਿਮ 'ਚ ਪਾ ਕੇ ਜਿਹੜਾ ਘਰ ਘਰ ਦੁਕਾਨ ਦੁਕਾਨ ਫਿਰ ਰਹੇ ਨੇ, ਔਰ ਉਹੀ ਫਾਰਮੂਲਾ, ਉਹੀ ਵਿਧੀ ਜਿਸ ਵਿਧੀ ਨਾਲ ਚਾਈਨਾ ਨੇ ਕਰੋਨਾ ਵਾਇਰਸ ਨੂੰ ਕੰਟਰੋਲ ਦੇ ਵਿੱਚ ਕੀਤਾ, ਉਹੀ ਵਿਧੀ, ਉਹੀ ਫਾਰਮੂਲੇ ਨੂੰ ਇੱਥੇ ਵੀ ਅਪਣਾਇਆ ਜਾ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਲੇਰਕੋਟਲੇ ਦੀਆਂ, ਇਸ ਵੇਲੇ ਮਲੇਰਕੋਟਲੇ ਦਾ ਜਿਹੜਾ ਦਿਲ ਮੰਨੇ ਜਾਂਦੇ ਬਾਜ਼ਾਰ ਦੀਆਂ ਤਸਵੀਰਾਂ, ਤੇਲੀਆਂ ਵਾਲੇ ਬਾਜ਼ਾਰ ਦੀਆਂ ਤਸਵੀਰਾਂ ਨੇ, ਜਿੱਥੇ ਨਗਰ ਕੌਂਸਲ ਦੀ ਪੂਰੀ ਟੀਮ ਹੈ ਸੈਨੀਟਾਈਜ਼ ਕਰਨ ਦਾ ਕੰਮ ਕਰ ਰਹੀ ਹੈ ਔਰ ਲੋਕਾਂ ਨੂੰ ਨਾਲੋ ਨਾਲ ਜਾਗਰੂਕ ਕਰ ਰਹੀ ਹੈ ਇਹ ਸੈਨੀਟਾਈਜ਼ ਦੇ ਕੀ ਫਾਇਦੇ ਨੇ ਔਰ ਕਿਸ ਤਰੀਕੇ ਨਾਲ ਸੈਨੀਟਾਈਜ਼ ਜਿਹੜਾ ਇਹ ਕੀਤਾ ਜਾਂਦਾ ਹੈ। ਪੂਰੇ ਮਾਮਲੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਵਿਸ਼ਨੂੰ ਦੱਤ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਨਾਲ ਕਿਸ ਹੱਦ ਤੱਕ ਜਿਹੜਾ ਕਰੋਨਾ ਵਾਇਰਸ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਜੀ। ਵਿਸ਼ਨੂੰ ਜੀ, ਸਾਨੂੰ ਪਹਿਲਾਂ ਇਹ ਸਮਝਾਓ ਕਿ ਇਹ ਸਮਝ ਆ ਰਿਹਾ ਲੋਕਾਂ ਨੂੰ ਤਾਂ ਐਵੇਂ ਲੱਗਦਾ ਕਿ ਪਾਣੀ ਦਾ ਛਿੜਕਾਅ ਹੋ ਰਿਹਾ, ਕੀ ਇਹ ਪਾਣੀ ਦਾ ਛਿੜਕਾਅ ਹੈ? ਨਹੀਂ ਨਹੀਂ ਸਰ, ਇਹਦੇ ਵਿੱਚ ਅਸੀਂ ਹਾਈਪੋਕਲੋਰਾਈਡ ਦਵਾਈ ਹੈ 10%, ਉਹਨੂੰ ਅਸੀਂ 1% ਕਰਕੇ ਪਾਣੀ ਉਹਦੇ ਵਿੱਚ ਮਿਲਾ ਕੇ, ਕਿਉਂਕਿ ਪਾਣੀ ਦਾ ਉਹਦੇ 'ਚ ਮਿਕਸ ਕਰਨਾ ਜ਼ਰੂਰੀ ਹੈ, ਅਤੇ ਉਹਦੇ ਨਾਲ ਹੋ ਰਿਹਾ ਜੀ ਇਹ ਸਾਰਾ, ਕਿਉਂਕਿ ਇਹ ਜਿਹੜਾ ਵਾਇਰਸ ਹੈ ਜੀ ਇਹ 3 ਤੋਂ ਲੈ ਕੇ 9 ਘੰਟੇ ਤੱਕ ਜਿਉਂਦਾ ਰਹਿੰਦਾ, ਔਰ ਜ਼ਿਆਦਾਤਰ ਇਹਦਾ ਹੈਂਡਲਾਂ ਦੇ ਉੱਤੇ ਲੱਗਣ ਦੀ ਸੰਭਾਵਨਾ, ਇੱਕ ਦੂਜੇ ਦੇ ਜਿਵੇਂ ਆਪਾਂ ਜਾ ਰਹੇ ਹਾਂ, ਦਰਵਾਜ਼ਾ ਖੋਲਦੇ ਹਾਂ, ਮੈਨੂੰ ਜ਼ੁਕਾਮ ਹੋਇਆ ਜਾਂ ਪ੍ਰੋਬਲਮ ਹੋਈ ਹੈ, ਮੈਂ ਜਾ ਕੇ ਦਰਵਾਜ਼ੇ ਨੂੰ ਹੈਂਡਲ ਨੂੰ ਲਾਤਾ ਤਾਂ ਉਹਦੇ 'ਤੇ ਇਹ ਮੈਟਲ ਦੇ ਉੱਤੇ 3 ਤੋਂ 9 ਘੰਟੇ ਤੱਕ ਜਿਉਂਦਾ ਰਹਿੰਦਾ। ਤਾਂ ਅਸੀਂ ਜਿਹੜੇ ਜਿੰਨੇ ਹੈਂਡਲ, ਖਾਸ ਕਰਕੇ ਜਿੰਨੀਆਂ ਦੁਕਾਨਾਂ ਦੇ ਤੁਸੀਂ ਦੇਖ ਹੀ ਰਹੇ ਹੋ, ਮਕਾਨਾਂ ਦੇ ਜਿੰਨੇ ਹੈਂਡਲ ਨੇ ਔਰ ਦਰਵਾਜ਼ੇ ਨੇ, ਔਰ ਮਤਲਬ 5-6 ਫੁੱਟ ਤੱਕ ਦਾ ਏਰੀਆ ਜਿਹੜਾ ਮਤਲਬ ਕਿ ਟੱਚ ਦੇ ਵਿੱਚ ਆ ਸਕਦਾ, ਉਹਨੂੰ ਅਸੀਂ ਸਾਰੇ ਨੂੰ ਹਾਈਪੋਕਲੋਰਾਈਡ ਦੇ ਨਾਲ ਅਸੀਂ ਸੈਨੀਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਵਿਸ਼ਨੂੰ ਜੀ, ਇੱਕ ਗੱਲ ਜਿਹੜੀ ਲੋਕਾਂ ਨੂੰ ਤੁਸੀਂ ਕੀ ਸਮਝਾਉਣੀ ਚਾਹੋਗੇ ਕਿ ਅਜਿਹੇ ਟਾਈਮ ਦੇ ਵਿੱਚ ਜਦੋਂ ਦੂਜੀ ਸਟੇਜ ਦੇ ਵਿੱਚ ਹੈ, ਇਹ ਤੀਜੀ ਸਟੇਜ ਦੇ ਵਿੱਚ ਪਰਮਾਤਮਾ ਨਾ ਕਰੇ ਕਿ ਦਾਖਲ ਹੋਵੇ, ਸਾਫ਼ ਸਫਾਈ ਦਾ ਇਸ ਮੌਕੇ ਕਿੰਨਾ ਕੁ ਖਿਆਲ ਰੱਖਣ ਜਿਹੜੇ ਲੋਕ ਘਰਾਂ 'ਚ ਬੈਠੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ? ਸਰ ਇਸ ਤਰ੍ਹਾਂ ਸਾਡੀ ਤਾਂ ਹੱਥ ਜੋੜ ਕੇ ਸਭ ਨੂੰ ਇਹੀ ਬੇਨਤੀ ਹੈ ਵੀ ਕਿਸੇ ਲਈ ਨਹੀਂ, ਪਰਮਾਤਮਾ ਆਪਣੀ ਸਿਹਤ ਲਈ, ਆਪਣੇ ਬੱਚਿਆਂ ਲਈ, ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ। ਨਗਰ ਕੌਂਸਲ ਨੂੰ ਤੁਹਾਡਾ ਇਹੀ ਸਹਿਯੋਗ ਚਾਹੀਦਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਕਿਸੇ ਦੇ ਟੱਚ ਦੇ ਵਿੱਚ ਨਾ ਆਓ, ਕਿਉਂਕਿ ਬਾਹਰੀ ਕਿਸੇ ਸ਼ਕਤੀ ਨੇ ਆਪਾਂ ਨੂੰ ਬਚਾਉਣਾ ਨਹੀਂ, ਇਹ ਪਹਿਲੀ ਦੁਨੀਆ ਦੀ ਐਸੀ ਲੜਾਈ ਹੈ ਜਿਹੜੀ ਆਪਾਂ ਘਰ ਬਹਿ ਕੇ ਲੜਨੀ ਹੈ, ਔਰ ਸਾਨੂੰ ਪਰਮਾਤਮਾ ਨੇ ਇਹ ਮੌਕਾ ਦਿੱਤਾ ਵੀ ਅਸੀਂ ਘਰ ਬੈਠੇ ਹੀ ਸੈਨਿਕ ਹੈ, ਬਾਰਡਰ 'ਤੇ ਲੜਨਾ ਕੋਈ ਜ਼ਰੂਰੀ ਨਹੀਂ, ਜੇ ਅਸੀਂ ਘਰ ਦੇ ਵਿੱਚ ਰਹਿ ਕੇ ਵੀ ਕਿਸੇ ਦੀ ਜਾਨ ਬਚਾ ਸਕਦੇ ਹਾਂ ਤਾਂ ਸਾਨੂੰ ਉਸ ਲਈ ਜ਼ਰੂਰ ਪ੍ਰਪੇਅਰ ਰਹਿਣਾ ਚਾਹੀਦਾ, ਤਮਾਸ਼ਬੀਨ ਬਣ ਕੇ ਸੜਕਾਂ 'ਤੇ ਆਉਣ ਦੀ ਕੋਸ਼ਿਸ਼ ਨਾ ਕਰਨ ਮੇਰੇ ਵੀਰ ਭਰਾ, ਅਤੇ ਬਾਕੀ ਜਿਹੜਾ ਨਗਰ ਕੌਂਸਲ ਦਾ ਕੰਮ ਆ ਉਹ ਨਗਰ ਕੌਂਸਲ ਨੂੰ ਪੀਸਫੁੱਲੀ ਜਿਹੜਾ ਕਰਨ ਦੇਣ ਕਰਮਚਾਰੀਆਂ ਨੂੰ, ਕਿਉਂਕਿ ਇਹ ਵੀ ਸਾਰੇ
ਜਿਹੜੀ ਜਾਨ ਜੋਖਿਮ ਦੇ ਵਿੱਚ ਪਾ ਕੇ ਆਪਣੀ, ਦੇਖੋ ਕੋਈ ਸਫ਼ਰ ਘਰਾਂ 'ਚ ਦੁੱਬ ਕੇ ਬੈਠੇ ਆ ਲੋਕ, ਤੁਸੀਂ ਦੇਖ ਹੀ ਰਹੇ ਹੋ, ਸਾਰੇ ਬਾਜ਼ਾਰ ਸੁਨਸਾਨ ਪਏ ਨੇ, ਅਤੇ ਪਰ ਨਗਰ ਕੌਂਸਲ ਦੇ ਕਰਮਚਾਰੀ ਸਿਰ ਧੜਦੀ ਬਾਜ਼ੀ ਲਾ ਕੇ ਗੰਦਗੀ 'ਚ ਹੱਥ ਵੀ ਮਾਰ ਰਹੇ ਨੇ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੰਦ ਚੱਕ ਵੀ ਰਹੇ ਆ, ਘਰਾਂ 'ਚੋਂ ਵੀ ਲੈ ਰਹੇ ਆ, ਔਰ ਦਵਾਈ ਦਾ ਛਿੜਕਾਅ ਵੀ ਕਰ ਰਹੇ ਜੀ। ਜੀ ਜੀ, ਇਹ ਵਾਕਈ ਕਾਬਿਲੇ ਤਾਰੀਫ਼ ਹੈ। ਸੋ ਸਰਕਾਰ ਨੂੰ ਵੀ ਉਹਨਾਂ ਮੁਲਾਜ਼ਮਾਂ, ਉਹਨਾਂ ਕਰਮਚਾਰੀਆਂ ਵੱਲ ਜ਼ਰੂਰ ਦੇਖਣਾ ਚਾਹੀਦਾ ਜੋ ਇਸ ਵੇਲੇ ਜਾਨ ਜੋਖਿਮ ਦੇ ਵਿੱਚ ਪਾ ਕੇ ਆਪਣੀ ਡਿਊਟੀ ਕਰ ਰਹੇ ਨੇ। ਸੋ ਤੁਸੀਂ ਇੱਕ ਬਹੁਤ ਇੰਪੋਰਟੈਂਟ ਔਰ ਬਹੁਤ ਟੈਕਨੀਕਲ ਪੁਆਇੰਟ ਦੱਸਿਆ, ਹੈਂਡਲ ਔਰ ਘਰਾਂ ਦੇ ਜਿਹੜੇ ਦਰਵਾਜ਼ੇ ਨੇ ਜਿੱਥੋਂ ਖੋਲ੍ਹਿਆ ਜਾਂਦਾ, ਤਾਂ ਸਾਨੂੰ ਕਿੰਨੀ ਵਾਰ ਦਿਨ 'ਚ ਉਹਨਾਂ ਦੀ ਸਫਾਈ ਘੱਟੋ ਘੱਟ ਕਰਨੀ ਚਾਹੀਦੀ ਹੈ? ਸਰ, ਘਰਾਂ ਦੇ ਵਿੱਚ ਵੀ ਪ੍ਰਾਈਵੇਟ ਜਿਸ ਤਰ੍ਹਾਂ ਲਾਈਜ਼ੋਲ ਵਗੈਰਾ ਆਪਣੇ ਕੋਲ ਘਰਾਂ 'ਚ ਆਮ ਅਵੇਲੇਬਲ ਹੁੰਦਾ ਘਰਾਂ ਦੇ ਵਿੱਚ, ਉਹਦੇ ਨਾਲ ਸਾਨੂੰ ਜਿਹੜੇ ਕੁੰਡੇ ਕਬਜ਼ੇ ਨੇ, ਕਿਉਂਕਿ ਮੈਂ ਜਿਵੇਂ ਦੱਸਿਆ ਵੀ 3 ਤੋਂ ਲੈ ਕੇ 9 ਘੰਟਿਆਂ ਤੱਕ ਇਹ ਜਿਉਂਦਾ ਰਹਿੰਦਾ, ਅਤੇ ਸਰ ਇਹਨੂੰ ਹਰ 2 ਘੰਟੇ ਦੇ ਬਾਅਦ ਜੇ ਆਪਾਂ ਸਿਰਫ ਕੁੰਡੇ ਕਬਜ਼ਿਆਂ ਨੂੰ ਸਟਰਲਾਈਜ਼ ਕਰ ਲਈਏ, ਅਤੇ ਕੋਈ ਕੱਪੜਾ ਲੈ ਕੇ ਅਤੇ ਲਾਈਜ਼ੋਲ ਵਗੈਰਾ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਡਿਸਇਨਫੈਕਟ ਕਰ ਲਈਏ, ਤਾਂ ਇਸ ਤੋਂ ਕਾਫੀ ਹੱਦ ਤੱਕ ਮੇਰੇ ਖਿਆਲ ਨਾਲ ਬਚਾ ਰਹੇਗਾ। ਜੀ ਜੀ ਜੀ, ਤੁਹਾਡਾ ਬਹੁਤ ਲੰਮੀ ਤੁਹਾਡੀ ਸਰਵਿਸ ਹੈਗੀ ਹੈ ਵਿਸ਼ਨੂੰ ਦੱਤ ਜੀ। ਇੱਕ ਚੀਜ਼ ਨਾ, ਅੱਜ ਮਾਰਕੀਟ ਦੇ ਵਿੱਚ ਜਿਹੜੇ ਸੈਨੀਟਾਈਜ਼ਰਸ ਨੇ ਉਹਨਾਂ ਦੀ ਬੜੀ ਜ਼ਿਆਦਾ ਕਮੀ ਹੈ, ਅਤੇ ਅਸੀਂ ਕੋਈ ਤੁਹਾਡੇ ਕੋਲ ਇੱਦਾਂ ਦਾ ਫਾਰਮੂਲਾ ਹੈਗਾ ਕਿ ਅਸੀਂ ਘਰ ਬੈਠੇ ਆਪਣੇ ਸੈਨੀਟਾਈਜ਼ ਬਣਾ ਸਕੀਏ? ਸਰ, ਸੈਨੀਟਾਈਜ਼ ਦੀ ਕੋਈ ਬਹੁਤਾ ਜ਼ਿਆਦਾ ਨਹੀਂ, ਕਿਉਂਕਿ ਪਬਲਿਕ ਨੇ ਨਾ ਇੱਕ ਨਵਾਂ ਨਾਮ ਇਹ ਬਿਜ਼ਨਸਮੈਨ, ਜਿੱਦਾਂ ਕੋਈ ਬਿਮਾਰੀ ਫੈਲਦੀ ਹੈ ਨਾ ਉਹਦੇ ਨਾਲ ਕਈ ਬਿਜ਼ਨਸ ਵੀ ਪ੍ਰਫੁੱਲਿਤ ਹੋ ਜਾਂਦੇ ਨੇ। ਕੋਈ ਸੈਨੀਟਾਈਜ਼, ਕੋਈ ਐਸਾ ਲਫ਼ਜ਼ ਨਹੀਂ ਹੈ ਕਿ ਵੀ ਆਪਾਂ ਘਰ 'ਚ ਕੋਈ ਸਪੈਸ਼ਲ ਦਵਾਈ ਹੈ ਇਹ, ਇਹਨੂੰ ਤੁਸੀਂ ਜੇ ਆਪਣਾ ਸਾਬਣ ਮੂਲੀ ਆਪਣਾ ਆਮ ਘਰਾਂ ਦੇ, ਆਪਾਂ ਸੋਪ ਆਪਣੇ ਹਰ ਘਰਾਂ ਦੇ ਵਿੱਚ ਹੈਗਾ, ਸਾਬਣ ਨਾਲ ਵੀ ਤੁਸੀਂ 2-2 ਘੰਟੇ ਬਾਅਦ ਹੱਥ ਹੋਈ ਚੱਲੋ, ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ, ਤਾਂ ਮੇਰਾ ਖਿਆਲ ਨਹੀਂ ਕੋਈ ਪ੍ਰੋਬਲਮ ਆਉਣ ਵਾਲੀ ਹੈ। ਜੀ ਜੀ, ਅਗਰ ਉਹ ਸੈਨੀਟਾਈਜ਼ਰ ਵਰਗਾ, ਕਿਉਂਕਿ ਲੋਕਾਂ ਦੇ ਦਿਮਾਗ ਦੇ ਵਿੱਚ ਨਾ ਜੀ ਉਹ ਸੈਨੀਟਾਈਜ਼ ਵੱਸ ਗਿਆ, ਉੱਦਾਂ ਦਾ ਕੋਈ ਫਾਰਮੂਲਾ ਹੈ? ਸਰ, ਉਹ ਤਾਂ ਘਰਾਂ ਦੇ ਵਿੱਚ ਆਪਣੇ ਐਲੋਵੀਰਾ ਜਿਸ ਤਰ੍ਹਾਂ ਮਿਲਾ ਕੇ ਹੀ ਬਣਾਉਂਦੇ ਨੇ, ਸਪਿਰਿਟ ਹੋ ਗਈ, ਐਲੋਵੀਰਾ ਹੋ ਗਿਆ, 2-3 ਚੀਜ਼ਾਂ ਮਿਲਾ ਕੇ ਅਲਕੋਹਲ ਨੂੰ ਤੁਸੀਂ ਉਹਦੇ ਨਾਲ ਆਪਾਂ ਡਿਟੋਲ, ਤਕਰੀਬਨ ਸਾਰੇ ਘਰਾਂ 'ਚ ਆਪਾਂ ਬੱਚੇ ਹੁੰਦੇ ਆ ਘਰਾਂ 'ਚ ਰੱਖਦੇ ਹਾਂ, ਕੋਈ ਸੱਟ ਫੇਟ ਨਾ ਲੱਗ ਜੇ, ਸਰ ਉਹਦੇ ਨਾਲ ਵੀ ਆਪਾਂ ਜਰਮ ਨੂੰ ਕਿਲ ਕਰ ਸਕਦੇ ਹਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈ ਜੀ। ਪੈਨਿਕ ਹੋਣ ਦੀ ਲੋੜ ਨਹੀਂ, ਸਿਰਫ ਆਈਸੋਲੇਸ਼ਨ ਦੀ ਲੋੜ ਆ ਸਰ, ਆਪਣੇ ਆਪ ਨੂੰ ਇੱਕ ਆਪਾਂ ਆਪਣਾ ਬੰਦ ਕਰਨਾ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ, ਅਤੇ ਇਹਦੇ ਵਿੱਚ ਹੋਰ ਕੋਈ ਐਡਾ ਲੰਬਾ ਚੌੜਾ ਫਲਸਫਾ ਨਹੀਂ ਹੈਗਾ ਕਿ ਵੀ ਆਪਾਂ ਬਾਹਰੋਂ ਕੋਈ ਚੀਜ਼ ਪਰਚੇਜ਼ ਕਰਕੇ ਜਾਂ ਛਿੜਕਾਅ ਕਰੀਏ, ਸਿਰਫ ਆਪਣੇ ਆਪ ਨੂੰ ਬਚਾ ਲਓ, ਜੇ ਕੋਈ ਘਰੇ ਆਉਂਦਾ ਉਹਨੂੰ ਸਤਿ ਸ਼੍ਰੀ ਅਕਾਲ ਕਰਕੇ ਉਹਦੇ ਨਾਲ ਹੱਥ ਮਿਲਾਉਣ ਤੋਂ ਬਾਹਲਾ ਪਰਹੇਜ਼ ਕਰੋ, ਅਤੇ ਆਪਣੇ ਆਪ ਨੂੰ ਸਿਰਫ ਆਈਸੋਲੇਟ ਕਰ ਲੈਣੇ, ਆਪਣੇ ਦੁਨੀਆ ਤੋਂ ਅਲੱਗ ਥਲੱਗ ਕਰ ਲੈਣੇ, ਇਹਦਾ ਇੱਕ ਹੱਲ ਹੈ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਵਿਸ਼ਨੂੰ ਜੀ, ਤੁਸੀਂ ਵਾਕਈ ਬਹੁਤ ਮਿਹਨਤੀ ਤਰੀਕੇ ਨਾਲ ਆਪਣੇ ਮੁਲਾਜ਼ਮਾਂ ਦੀ ਅੰਡਰ ਕੇਅਰ ਕਰ ਰਹੇ ਹੋ, ਔਰ ਫੀਲਡ ਦੇ ਵਿੱਚੋਂ ਤੁਹਾਨੂੰ ਸਾਰਾ ਮੁਲਕ ਜਿਹੜਾ ਇਸ ਵੇਲੇ ਦੇਖ ਰਿਹਾ ਵਾਕਈ ਸਲਾਮ ਕਰ ਰਿਹਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਲੇਰਕੋਟਲਾ ਦੀਆਂ ਨੇ, ਜਿੱਥੇ ਖਾਸ ਕਰਕੇ ਵਿਸ਼ਨੂੰ ਦੱਤ ਹੋਰਾਂ ਨੇ ਕਿਹਾ ਕਿ ਜਿਹੜੇ ਸ਼ਟਰਾਂ ਦੇ ਕੁੰਡੇ ਹੈਗੇ ਦੁਕਾਨਾਂ ਦੇ, ਕਿਉਂਕਿ ਜਦੋਂ ਲੋਕਡਾਊਨ ਖਤਮ ਹੋਏਗਾ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ, ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਆਪਣੇ ਸ਼ਟਰ, ਆਪਣੇ ਦੁਕਾਨ, ਆਪਣੇ ਘਰਾਂ ਨੂੰ ਖੋਲ੍ਹਣਗੇ, ਔਰ ਉਹੀ ਜਿਹੜੇ ਕੀਟਾਣੂ ਨੇ ਵਾਇਰਸ ਦੇ ਉਹਨਾਂ ਨੂੰ ਖਤਮ ਕਰਨ ਦੇ ਲਈ ਜਿਹੜਾ ਇਹ ਸੈਨੀਟਾਈਜ਼ ਤਰੀਕਾ ਹੈਗਾ ਇੱਥੇ ਨਗਰ ਕੌਂਸਲ ਵੱਲੋਂ ਚਲਾਇਆ ਜਾ ਰਿਹਾ। ਤਸਵੀਰਾਂ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਕਾਫੀ ਅੱਗੇ ਨਿਕਲ ਚੁੱਕੇ ਨੇ ਸੈਨੀਟਰੀ ਜਿਹੜੇ ਇੰਸਪੈਕਟਰ ਵਿਸ਼ਨੂੰ ਦੱਤ, ਉਹ ਨਾਲ ਨੇ ਮੁਲਾਜ਼ਮਾਂ ਦੇ, ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੜੀ ਹੀ ਤਕਨੀਕੀ ਪੱਖ ਹੈ ਇਸ ਚੀਜ਼ ਦਾ, ਔਰ ਨਾਲ ਨਾਲ ਵਿਸ਼ਨੂੰ ਦੱਤ ਹੋਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਘਰਾਂ ਦੇ ਵਿੱਚ ਵੀ ਅਸੀਂ ਜਿਹੜਾ ਸੈਨੀਟਾਈਜ਼ ਹੈ ਉਸ ਨੂੰ ਬਣਾ ਸਕਦੇ ਹਾਂ, 2-2 ਘੰਟੇ ਬਾਅਦ ਅਸੀਂ ਹੱਥ ਧੋਈਏ, ਬਾਹਰ ਰਹਿਣ ਤੋਂ ਜਿਹੜਾ ਗੁਰੇਜ਼ ਕਰੀਏ। ਔਰ ਫਿਲਹਾਲ ਜਿਹੜਾ ਨਗਰ ਕੌਂਸਲ ਮਲੇਰਕੋਟਲਾ ਵੱਲੋਂ ਜਿਹੜੀ ਵਿਧੀ ਚਾਈਨਾ ਨੇ ਅਪਣਾਈ ਸੀ ਆਪਣੇ ਮੁਲਕ ਨੂੰ ਸੈਨੀਟਾਈਜ਼ ਕਰਨ ਦੇ ਲਈ, ਆਪਣੇ ਮੁਲਕ ਦੀ ਸਾਫ਼ ਸਫਾਈ ਦੇ ਲਈ, ਉਹੀ ਵਿਧੀ ਨਾਲ ਜਿਹੜਾ ਨਗਰ ਕੌਂਸਲ ਮਲੇਰਕੋਟਲੇ ਦੀ ਟੀਮ ਹੈਗੀ ਹੈ ਉਹ ਲੱਗੀ ਹੋਈ ਹੈ। ਕਾਸੀ ਫਾਰੂਕੀ, ਹਕੀਕਤ ਟੀ ਵੀ ਪੰਜਾਬੀ, ਮਲੇਰਕੋਟਲਾ।